ਵੀ ਜਿਹੜੇ ਆਪਣੇ ਤਿੰਨੇ ਕਾਲੇ ਕਾਨੂੰਨ ਸੀ ਉਹ ਵਾਪਸ ਲੈਤੇ ਗਏ ਨੇ ਜੀ। ਜਿਹੜੇ ਲੰਗਰ ਨੇ ਉਹ ਹਜੇ ਵੀ ਚੱਲ ਰਹੇ ਨੇ ਆਪਣੇ, ਅਤੇ ਜਿੰਨਾ ਚਿਰ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ ਲੰਗਰ ਚੱਲਦੇ ਰਹਿਣਗੇ। ਦੇਖ ਸਕਦੇ ਹੋ ਅਤੇ ਬਾਕੀ ਯਾਰ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਨਾ, ਸਾਰੇ ਲੋਕ ਕਹਿ ਰਹੇ ਨੇ ਵੀ ਬਹੁਤ ਵਧੀਆ ਜਿਹੜੀਆਂ ਆਪਣੇ 700-800 ਕੁਰਬਾਨੀ ਦਿੱਤੀ ਹੈ ਜਾਂ ਸ਼ਹੀਦ ਹੋਏ ਨੇ ਆਪਣੇ ਨੌਜਵਾਨ ਬੀਬੀਆਂ ਬਜ਼ੁਰਗ ਸਾਰੇ, ਤਾਂ ਉਹਨਾਂ ਦਾ ਮੁੱਲ ਪੈ ਗਿਆ ਆਪਾਂ ਨੂੰ ਬਸ, ਹੋਰ ਆਪਾਂ ਨੂੰ ਕੀ ਚਾਹੀਦਾ ਹੈ ਨਾ। ਜਾਣਦੇ ਸਾਰੇ ਖੁਸ਼ ਨੇ ਜੀ, ਸਾਰੇ ਦੇਖਦੇ ਦੇਖ ਕੇ ਹੱਥ ਖੜ੍ਹੇ ਕਰ ਕਰ ਜਾਂਦੇ ਨੇ ਵੀ ਬਹੁਤ ਵਧੀਆ ਇਹਨਾਂ ਦੀ ਸੁਣ ਲਈ ਕਿਸਾਨਾਂ ਦੀ ਜੀ। ਅੱਜ ਪੀਐਮ ਮੋਦੀ ਵੱਲੋਂ ਲਾਈਵ ਹੋ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ, ਜਿਸ ਪਿੱਛੋਂ ਕਿਸਾਨਾਂ ਨੇ ਵੱਖੋ ਵੱਖਰੇ ਤਰੀਕੇ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਭਾਨਾ ਸਿੱਧੂ ਨੇ ਲਾਈਵ ਹੋ ਸਿੰਘੂ ਬਾਰਡਰ ਦੀਆਂ ਤਸਵੀਰਾਂ ਦਿਖਾਈਆਂ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੋ ਕਿ ਤੁਹਾਨੂੰ ਪਤਾ ਹੀ ਹੈ ਖਬਰਾਂ ਰਾਹੀਂ ਪਤਾ ਲੱਗ ਹੀ ਗਿਆ ਹੋਣਾ ਵੀ ਜਿਹੜੇ ਆਪਣੇ ਤਿੰਨੇ ਕਾਲੇ ਕਾਨੂੰਨ ਸੀ ਉਹ ਵਾਪਸ ਲੈਤੇ ਗਏ ਨੇ ਜੀ। ਜਿਹੜੇ ਲੰਗਰ ਨੇ ਉਹ ਹਜੇ ਵੀ ਚੱਲ ਰਹੇ ਨੇ ਆਪਣੇ, ਅਤੇ ਜਿੰਨਾ ਚਿਰ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ ਲੰਗਰ ਚੱਲਦੇ ਰਹਿਣਗੇ। ਦੇਖ ਸਕਦੇ ਹੋ ਅਤੇ ਆਹ ਬਾਈ ਵੀ ਪਹਿਲਾਂ ਤੋਂ ਡਟੇ ਹੋਏ ਹਨ, ਅਤੇ ਸਾਲ ਹੋ ਗਿਆ ਪੂਰਾ ਸਾਲ ਮਿਹਨਤ ਰੰਗ ਲਾ ਗਈ, ਅਤੇ ਆਹ ਸਾਡੇ ਫੌਜੀ ਸਾਹਿਬ ਨੇ ਅਤੇ ਨਾਲ ਪ੍ਰੋਫੈਸਰ ਵੀ ਨੇ, ਅਤੇ ਉਹ ਵੀ ਡਟੇ ਹੋਏ ਨੇ ਸਾਡੇ ਨਾਲ ਸਬਜ਼ੀ ਦੀ ਸੇਵਾ ਕਰ ਰਹੇ ਨੇ। ਅਤੇ ਆਹ ਆਪਣਾ ਲੰਗਰ ਸੀਗਾ ਜੀ, ਸਵੇਰ ਦੇ ਜਿਹੜੇ ਪਰੌਂਠੇ ਸੀਗੇ ਰੋਜ਼ ਪਰੌਂਠਿਆਂ ਦਾ ਆਪਣਾ ਲੰਗਰ ਚੱਲਦਾ ਸੀਗਾ ਜੀ, ਅਤੇ ਅੱਜ ਬਾਬੇ ਨਾਨਕ ਨੇ ਖੁਸ਼ੀ ਖੁਸ਼ ਕਰਤਾ ਜੀ ਸਾਰਿਆਂ ਨੂੰ। ਜਿਹੜੀ ਆਪਣੇ ਕੋਲ ਫੌਜ ਲੱਗੀ ਸੀਗੀ CRP, ਤੁਹਾਨੂੰ ਉਹ ਵੀ ਦਿਖਾਊਂਗਾ ਮੈਂ ਹੋਰ ਤੰਬੂ, ਜਿਵੇਂ ਅੱਜ ਬਾਈ ਹੁਣੀ ਲੱਖੇ ਉਹਨਾਂ ਦਾ ਫੋਨ ਆਇਆ ਸੀਗਾ, ਬਾਈ ਹੁਣੀ ਵੀ ਆ ਰਹੇ ਨੇ ਰਸਤੇ ਦੇ ਵਿੱਚ, ਅਤੇ ਉਹਨਾਂ ਦੀ ਵੀ ਮੈਂ ਰਹਿਣ ਦੀ ਤਿਆਰੀ ਕਰ ਦਿੱਤੀ ਆ, ਅਤੇ ਬਹੁਤ ਬਹੁਤ ਜ਼ਿਆਦਾ ਸਾਰਿਆਂ ਨੂੰ ਵਧਾਈਆਂ ਜੀ। ਅਤੇ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਅੱਗੇ ਲਿਜਾ ਕੇ ਜੀ। ਅਤੇ ਆਹ ਆਪਣਾ ਬਾਈ ਹੁੰਦਾ ਜਿੱਥੇ ਲੱਖਾ ਬਾਈ ਆਪਣੇ ਕੋਲ ਆਉਂਦਾ ਹੁੰਦਾ ਸੀਗਾ, ਅਤੇ ਆਹ ਆਪਣਾ ਤੰਬੂ ਆ ਜੀ, ਅਤੇ ਆਹ ਮੈਂ ਪਹਿਲਾਂ ਹੀ ਕੁਰਸੀਆਂ ਲਾ ਤੀਆਂ, ਅਤੇ ਬਾਈ ਉਹਨਾਂ ਦੇ ਰਹਿਣ ਦੀ ਤਿਆਰੀ ਮੈਂ ਕਰਤੀ ਹੈ ਜੀ ਸਾਰੀ। ਇੱਧਰ ਇੱਕ ਤੰਬੂ ਆਪਣਾ, ਆ ਇੱਧਰ ਵੀ ਸਾਰੇ ਬਾਈ ਉਹਨਾਂ ਦੇ ਰਹਿਣ ਦੀ ਤਿਆਰੀ ਮੈਂ ਕਰ ਦਿੱਤੀ ਹੈ ਜੀ, ਅਤੇ ਦੇਖ ਸਕਦੇ ਤੁਸੀਂ ਉਹ ਸਾਹਮਣੇ ਜੀ ਫੋਰਸ ਲੱਗੀ ਸੀ ਜਿਹੜੀ ਆਪਣੇ ਲਾਈ ਸੀਗੀ ਉਹਨਾਂ ਨੇ, ਉਹ ਬੈਠੀ ਸਾਹਮਣੇ, ਅਤੇ ਉਹਨਾਂ ਨੂੰ ਵੀਡੀਓ ਬਣਾਉਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ, ਉਹ ਕਹਿੰਦੇ ਸਾਡਾ ਫੇਸ ਨਾ ਲਿਓ ਉਹਦੇ ਕਰਕੇ ਆਪਾਂ ਵੀਡੀਓ ਨਹੀਂ ਬਣਾਉਂਦੇ। ਅਤੇ ਬਾਕੀ ਯਾਰ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਨਾ, ਸਾਰੇ ਲੋਕ ਕਹਿ ਰਹੇ ਨੇ ਵੀ ਬਹੁਤ ਵਧੀਆ ਜਿਹੜੀਆਂ ਆਪਣੇ 700-800 ਕੁਰਬਾਨੀ ਦਿੱਤੀ ਹੈ ਜਾਂ ਸ਼ਹੀਦ ਹੋਏ ਨੇ ਆਪਣੇ ਨੌਜਵਾਨ ਬੀਬੀਆਂ ਬਜ਼ੁਰਗ ਸਾਰੇ, ਤਾਂ ਉਹਨਾਂ ਦਾ ਮੁੱਲ ਪੈ ਗਿਆ ਆਪਾਂ ਨੂੰ ਬਸ, ਹੋਰ ਆਪਾਂ ਨੂੰ ਕੀ ਚਾਹੀਦਾ ਹੈ ਨਾ। ਪਹਿਲਾਂ ਤਾਂ ਇਹ ਮੰਨਦੇ ਨਹੀਂ ਸੀ ਹੁੰਦੇ ਵੀ ਆਪਾਂ ਕਾਨੂੰਨ ਸੋਧ ਕਰ ਦਾਂਗੇ ਜੀ, ਸੋਧ ਕਰ ਦਾਂਗੇ, ਪਤਾ ਹੀ ਨਹੀਂ ਕੀ ਚੱਕਰ, ਬਾਬੇ ਨਾਨਕ ਦੀ ਕਿਰਪਾ ਹੋਈ ਹੈ ਜੀ। ਅਤੇ ਆਹ ਇੱਧਰ ਆਪਣਾ ਹਰਿਆਣਾ ਭਾਈਚਾਰਾ ਦੇਖ ਸਕਦੇ ਸਾਹਮਣੇ ਜੀ, ਅਤੇ ਆਪਾਂ ਉਹਨਾਂ ਦੀ ਵੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦੇ ਜੀ, ਅਤੇ ਬਹੁਤ ਵਧੀਆ ਰੰਗ ਹੀ ਲੱਗੇ ਜੀ। ਜਿਹੜੀਆਂ ਆਹ ਨੇ ਝੌਂਪੜੀਆਂ ਪਾ ਕੇ ਛੱਡ ਕੇ ਗਏ ਸੀ ਜਿਹੜੇ, ਹੁਣ ਉਹ ਵੀ ਵਾਪਸ ਭੱਜੇ ਆਉਣਗੇ ਜੀ। ਅਤੇ ਆਹ ਝੌਂਪੜੀ ਸੀਗੀ ਮਾਨਸ ਵਾਲਿਆਂ ਦੀ, ਉਹ ਆਪਣੇ ਪਹਿਲੇ ਹੀ ਆਪਾਂ ਨੇ ਜਿੱਤ ਦਾ ਪ੍ਰਤੀਕ ਲਾਤਾ ਸੀਗਾ, ਪਰਸੋਂ ਨਿਸ਼ਾਨ ਸਾਹਿਬ ਲਾਇਆ ਜੀ ਆਪਾਂ ਨੇ, ਜਿਹੜਾ ਉੱਪਰ ਲੱਗਿਆ ਇੱਕ ਉਹ ਲਾਇਆ ਜੀ, ਉਹ ਲੱਗਿਆ ਨੀਲਾ, ਇਹ ਦੋ ਨਿਸ਼ਾਨ ਸਾਹਿਬ ਨੇ ਜਿਹੜੇ ਲਾਏ ਗਏ ਨੇ। ਅਤੇ ਹੋਰ ਦਿਖਾਉਣੇ ਜੀ ਤੁਹਾਨੂੰ ਅੱਗੇ ਦੀ ਅੱਗੇ ਸਾਰਾ ਅੰਦੋਲਨ ਦਿਖਾਵਾਂਗੇ ਤੁਹਾਨੂੰ। ਜਾਣਦੇ ਸਾਰੇ ਖੁਸ਼ ਨੇ ਜੀ, ਸਾਰੇ ਦੇਖਦੇ ਦੇਖ ਕੇ ਹੱਥ ਖੜ੍ਹੇ ਕਰ ਕਰ ਜਾਂਦੇ ਨੇ ਵੀ ਬਹੁਤ ਵਧੀਆ ਇਹਨਾਂ ਦੀ ਸੁਣ ਲਈ ਕਿਸਾਨਾਂ ਦੀ ਜੀ। ਚਲੋ ਫਿਰ ਵੀ ਮੋਦੀ ਦਾ ਧੰਨਵਾਦ ਕਰਨਾ ਬਣਦਾ ਜੀ, ਸੁਣ ਤਾਂ ਲਈ ਮੰਨ ਤਾਂ ਲਿਆ ਵੀ ਸਾਡੇ ਵੀ ਜਿਹੜੇ ਕਾਨੂੰਨ ਨੇ ਅਸੀਂ ਵਾਪਸ ਲੈਂਦੇ ਹਾਂ ਜੀ। ਅਤੇ ਆਹ ਵੀ ਆਪਣੀ ਪੈਟਰੋਲੀ ਹੈ ਜੀ, ਲਾਈਟ ਨਹੀਂ ਹੈਗੀ, ਧੰਨਵਾਦ ਜੀ ਸਾਰਿਆਂ ਦਾ। ਆਹ ਸਾਡਾ ਜੀ ਹਰਿਆਣਾ ਭਾਈਚਾਰਾ, ਅਤੇ ਇਹਨਾਂ ਦਾ ਵੀ ਇੱਥੇ ਚਾਹ ਦਾ ਲੰਗਰ ਚੱਲਦਾ ਹੁੰਦਾ ਜੀ, ਇਹ ਵੀ ਬਹੁਤ ਵਧੀਆ ਸੇਵਾ ਕਰਦੇ ਨੇ ਜੀ। ਅਤੇ ਉੱਧਰ ਖੜ੍ਹੇ ਨੇ ਸਾਡੇ ਬਜ਼ੁਰਗ ਜੀ, ਅਤੇ ਸਾਹਮਣੇ ਦੇਖੋ ਜੀ, ਅਤੇ ਆਹ ਸਾਰਾ ਅੰਦੋਲਨ ਹੈ ਜੀ ਇਹ ਆਪਣਾ ਹੈ ਨਾ। ਅਤੇ ਸਾਰੇ ਲੋਕ ਅੱਜ ਇੰਨੇ ਖੁਸ਼ ਨੇ ਜੀ, ਰਾਤ ਨੂੰ DJ ਲਾ ਕੇ ਨੱਚਣਗੇ ਜੀ ਸਾਰੇ ਲੋਕ, ਇੰਨੇ ਖੁਸ਼ ਹੋਏ ਪਏ ਨੇ ਲੋਕ ਜੀ। ਹੋਰ ਵੀ ਤੁਹਾਨੂੰ ਦਿਖਾਉਣਾ ਜੀ ਅੱਗੇ, ਉਹ ਸਾਹਮਣੇ ਆਪਣਾ ਲੰਗਰ ਹੈ ਜੀ, ਇੱਧਰ ਆਪਣਾ ਲੰਗਰ ਜੀ, ਆਹ ਆਪਣੇ ਗੁਰਦਾਸਪੁਰੀਆਂ ਦੀਆਂ ਟਰਾਲੀਆਂ ਆ ਗਈਆਂ ਜੀ, ਸਾਰੇ ਖੁਸ਼ ਨੇ ਜੀ ਬੰਦੇ, ਸਾਰੇ A to Z ਸਾਰੇ ਖੁਸ਼ ਨੇ ਜੀ ਬੰਦੇ। ਬਿਊਰੋ ਰਿਪੋਰਟ, ਸਫ਼ਰ TV।